ਤੇਥੋਂ ਮਿਲਣੀ ਨੀ ਅੱਖ ਜ਼ਰਾ ਗੌਰ ਨਾਲ ਤੱਕ ਵੇ ਮੈਂ ਬੁੱਤ ਹਾਂ ਭਗਤ ਸਿੰਘ ਦਾ ਵੇ ਮੈਂ ਬੁੱਤ ਹਾਂ ਭਗਤ ਸਿੰਘ ਦਾ ਤੇਰੀ ਮਾਰੀ ਗਈ ਹੈ ਮੱਤ ਫਿਰੇ ਕਰਦਾ ਤੂੰ ਮੱਤ ਗਾਇਕ ਨਿੰਮਾ ਖਰੋੜ ਦੀ ਆਸਟ੍ਰੇਲੀਆ ਵਿੱਚ ਅਚਨਚੇਤ ਮੌਤ ਹੋ ਗਈ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨਿੰਮਾ ਖਰੋੜ ਪਟਿਆਲਾ ਦੇ ਪਿੰਡ ਲੰਗ ਦੇ ਨਾਲ ਸੰਬੰਧਿਤ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਵਿੱਚ ਹੀ ਰਹਿ ਰਹੇ ਸਨ। ਨਿੰਮੇ ਦੇ ਡਾਲਾਂ ਤੋਂ ਕਮੀਆਂ ਨਾ ਹੋਈਆਂ, ਕਦੇ ਪੂਰੀਆਂ ਅਤੇ ਪੱਗ ਤੇ ਪੂਣੀ ਸਮੇਤ ਕਈ ਹੋਰ ਗਾਣੇ ਬਹੁਤ ਹੀ ਮਕਬੂਲ ਹੋਏ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਉਹਨਾਂ ਦੇ ਦੇਹਾਂਤ ਨਾਲ ਪੂਰੀ ਇੰਡਸਟਰੀ ਸੋਗ 'ਚ ਡੁੱਬ ਗਈ ਹੈ। ਕਈ ਗਾਇਕਾਂ ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਾਂ ਜਾਣਦੇ ਹਾਂ ਕਿ ਕੌਣ ਸਨ ਨਿੰਮਾ ਖਰੋੜ। ਨਿੰਮਾ ਖਰੋੜ ਮੈਲਬੌਰਨ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਤਾਂ ਇਸ ਨਾਮ ਤੋਂ ਵਾਕਫ ਹੀ ਸੀ। ਲਗਭਗ ਡੇਢ ਦਹਾਕੇ ਪਹਿਲਾਂ ਜਦੋਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਤੋਂ ਉਹ ਆਸਟ੍ਰੇਲੀਆ ਆਇਆ ਤਾਂ ਉਸਦੀਆਂ ਅੱਖਾਂ ਵਿੱਚ ਕਈ ਸੁਪਨੇ ਸਨ। ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਪਰਿਵਾਰ ਹਾਸੇ ਖੇਡੇ ਵਿੱਚ ਜੀਵਨ ਬਸਰ ਕਰ ਰਿਹਾ ਸੀ, ਪਰ ਬੀਤੀ ਕੱਲ੍ਹ ਨਿੰਮੇ ਦੀ ਹੋਈ ਅਚਾਨਕ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਟਿਆਲੇ ਦੇ ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਹੋਇਆਂ ਨਿੰਮਾ ਗਾਇਕੀ ਦੇ ਖੇਤਰ ਵਿੱਚ ਚੰਗਾ ਮੁਕਾਮ ਹਾਸਲ ਕਰ ਗਿਆ ਸੀ। ਕੈਨਬਰਾ ਵਾਸਦੇ ਉਸਦੇ ਕਾਲਜ ਦੇ ਮਿੱਤਰ ਪਰਮਦੀਪ ਸਿੰਘ ਨਰੈਣ ਨੇ ਇੱਕ ਯਾਦ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਵਾਰ ਉਹਨਾਂ ਦਾ ਯੂਨੀਵਰਸਿਟੀ ਪੱਧਰ ਤੇ ਭੰਗੜਾ ਮੁਕਾਬਲਾ ਚੱਲ ਰਿਹਾ ਸੀ। ਨਿੰਮਾ ਹਮੇਸ਼ਾ ਦੀ ਤਰ੍ਹਾਂ ਬੋਲੀਆਂ ਪਾ ਰਿਹਾ ਸੀ, ਅਚਾਨਕ ਉਹ ਆਖਰੀ ਬੋਲੀ ਭੁੱਲ ਗਿਆ ਪਰ ਡੋਲਿਆ ਨਹੀਂ। ਉਸਨੇ ਉਨੀ ਦਿਨੀ ਜਲੰਧਰ ਦੂਰਦਰਸ਼ਨ ਤੇ ਆਉਂਦੇ ਕਲਸੀ ਪੰਪ ਦੇ ਇਸ਼ਤਿਹਾਰ ਨੂੰ ਗਾਉਣਾ ਸ਼ੁਰੂ ਕਰ ਦਿੱਤਾ ਤੇ ਹਾਲ ਚ ਸੀਟੀਆਂ ਤੇ ਤਾੜੀਆਂ ਨਾਲ ਗੂੰਜ ਉੱਠਿਆ ਸੀ। ਬਿਊਰੋ ਰਿਪੋਰਟ, ਪੰਜਾਬ 9।